ਜੀ ਦੋਸਤੋ ਵੈਲਕਮ ਕਰਦੇ ਹਾਂ ਤੁਹਾਡੇ ਪੰਜਾਬ ਜੋਬ ਸਰਚ ਯੂਟਿਊਬ ਚੈਨਲ ਵਿੱਚ। ਅੱਜ ਵਾਲੀ ਵੀਡੀਓ ਵਿੱਚ SGPC ਕਾਲਜ ਵਿੱਚ ਨਵੀਆਂ ਨੌਕਰੀਆਂ ਆ ਚੁੱਕੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਵੀਆਂ ਭਰਤੀਆਂ ਆ ਚੁੱਕੀਆਂ। ਅਗਰ ਤੁਸੀਂ ਵੀ ਇਹਨਾਂ ਪੋਸਟਾਂ ਦੀ ਯੋਗਤਾ, ਸੈਲਰੀ, ਉਮਰ ਸੀਮਾ ਦੀ ਬਾਰੇ ਸਾਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂ ਨਵੀਆਂ ਸਰਕਾਰੀ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਸਹੀ ਅਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ। ਦੇ ਉੱਪਰ ਆ ਚੁੱਕਿਆ, ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਕਾਲਜ ਵਿੱਚ ਕੰਟਰੈਕਟ ਪੱਧਰ 'ਤੇ ਟੀਚਿੰਗ ਅਸਾਮੀਆਂ ਭਰਨ ਹੈ ਅਤੇ ਜਿਹੜਾ ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ। ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਐਪਲੀਕੇਸ਼ਨ ਫੀਸ ਹੋਵੇਗੀ 500 ਰੁਪਏ ਤੁਹਾਡੀ ਫੀਸ ਰੱਖੀ ਗਈ ਹੈ, ਠੀਕ ਹੈ ਜੀ। ਅਗਰ ਤੁਸੀਂ ਇਹਨੂੰ ਔਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ 25-1-2024 ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਜਿਹੜੀਆਂ ਅਸਾਮੀਆਂ ਨੇ ਕੰਟਰੈਕਟ ਬੇਸ 'ਤੇ ਹੋਣਗੀਆਂ, ਉਮੀਦਵਾਰ ਨੂੰ 500 ਰੁਪਏ ਬਤੌਰ ਔਨਲਾਈਨ ਜਿਹੜੀ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੋਵੇਗੀ। ਇੱਕ ਤੋਂ ਵੱਧ ਅਸਾਮੀਆਂ ਲਈ ਅਪਲਾਈ ਕਰਨ ਲਈ ਵੱਖਰੀ ਫੀਸ ਲੱਗੇਗੀ, ਠੀਕ ਹੈ ਜੀ। UGC, ਪੰਜਾਬ ਸਰਕਾਰ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀਆਂ ਸ਼ਰਤਾਂ ਮੁਤਾਬਕ ਲੋੜੀਂਦੀਆਂ ਯੋਗਤਾਵਾਂ ਰੱਖਣ ਵਾਲੇ ਉਮੀਦਵਾਰਾਂ ਨੂੰ ਅਸਾਮੀਆਂ ਲਈ ਅਪਲਾਈ ਕਰ ਸਕਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਉਕਤ ਅਸਾਮੀਆਂ ਲਈ ਉਮੀਦਵਾਰ ਦਾ ਸੰਬੰਧਿਤ ਵਿਸ਼ੇ ਵਿੱਚ PhD ਜਾਂ UGC ਨੈੱਟ ਪਾਸ ਹੋਣਾ ਲਾਜ਼ਮੀ ਹੋਵੇਗਾ। ਇਸ ਲਈ ਕੇਵਲ PhD ਜਾਂ UGC ਨੈੱਟ ਪਾਸ ਉਮੀਦਵਾਰ ਹੀ ਅਪਲਾਈ ਕਰਨ। ਜਿਹੜੀ ਤੁਹਾਡੀ ਤਨਖਾਹ ਹੋਵੇਗੀ 21,600 ਰੁਪਏ ਤੁਹਾਨੂੰ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਵੱਧ ਤਨਖਾਹ ਦੇਣ ਲਈ ਇੰਟਰਵਿਊ ਸਮੇਂ ਵਿਚਾਰ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਉਮੀਦਵਾਰ ਨੇ 10ਵੀਂ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਨਾਲ ਪਾਸ ਕੀਤੀ ਹੋਵੇ। ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ, ਮਤਲਬ ਉਹ ਗੁਰਸਿੱਖ ਅੰਮ੍ਰਿਤ ਸਕਿਆ ਹੋਵੇ ਜਾਂ ਪ੍ਰੋਪਰ ਗੁਰਸਿੱਖ ਹੋਵੇ। ਅਗਰ ਅੰਮ੍ਰਿਤ ਨਹੀਂ ਵੀ ਸਕਿਆ ਤਾਂ ਉਹਦੇ ਦਾੜੀ ਕੇਸ ਰੱਖਦਾ ਹੋਵੇ, ਦਸਤਾਰ ਸਜਾਉਂਦਾ ਹੋਵੇ, ਠੀਕ ਹੈ ਜੀ। ਅਸਾਮੀਆਂ ਦੀ ਗਿਣਤੀ ਜਿਹੜੀ ਵੱਧ ਘੱਟ ਹੋ ਸਕਦੀ ਹੈ, ਠੀਕ ਹੈ। ਨਿਮਨ ਹਸਤਕਾਰੀ ਪਾਸ ਇੰਟਰਵਿਊ ਨੂੰ ਰੱਦ ਅਤੇ ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ, ਠੀਕ ਹੈ ਜੀ। ਇੰਟਰਵਿਊ 'ਤੇ ਆਉਣ ਵਾਲੇ ਉਮੀਦਵਾਰਾਂ ਨੂੰ ਕੋਈ ਵੀ ਆਉਣ ਜਾਣ ਦਾ ਖਰਚਾ ਨਹੀਂ ਦਿੱਤਾ ਜਾਵੇਗਾ। ਇੰਟਰਵਿਊ ਸੰਬੰਧੀ ਸਮਾਂ ਸਾਰਨੀ 1-2-2004 ਨੂੰ ਵੈਬਸਾਈਟ 'ਤੇ ਇਹਨਾਂ ਵੱਲੋਂ ਇੱਕ ਵੈਬਸਾਈਟ ਆਪਣੀ ਜਾਰੀ ਕੀਤੀ ਹੈ, www.desgpc.org ਦੇ ਉੱਪਰ ਪੂਰੀ ਜਿਹੜੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ, ਠੀਕ ਹੈ ਜੀ। ਉਕਤ ਇਸ਼ਤਿਹਾਰ ਦੇ ਸੰਬੰਧ ਵਿੱਚ ਸੋਧ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਪੂਰੀ ਵੈਬਸਾਈਟ ਦੇ ਉੱਪਰ ਹੀ ਤੁਹਾਨੂੰ ਮਿਲ ਜਾਵੇਗੀ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੱਖ ਵੱਖ ਕਾਲਜਾਂ ਦੇ ਵਿੱਚ ਪੋਸਟਾਂ ਰੱਖੀਆਂ ਗਈਆਂ ਨੇ, ਮੋਗਾ, ਬਾਅਦ ਝਾਰ ਸਾਹਿਬ, ਮਤਲਬ ਪੰਜਾਬ ਦੇ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਕਾਲਜ ਆਉਂਦੇ ਨੇ। ਇਹ ਲਿਸਟ ਤੁਸੀਂ ਦੇਖ ਸਕਦੇ ਹੋ, ਮੈਂ ਇਹਦੀ ਲਿਸਟ ਦਾ ਲਿੰਕ ਵੀ ਮੇਰੇ ਵਟਸਐਪ ਚੈਨਲ ਦੇ ਵਿੱਚ ਪਾ ਦੇਵਾਂਗਾ। ਤੁਸੀਂ ਲਿਸਟ ਜਿਹੜੀ ਦੇਖਣ ਤੋਂ ਬਾਅਦ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ। ਅਗਰ ਇਹਨਾਂ ਪੋਸਟਾਂ ਸੰਬੰਧੀ ਤੁਹਾਡੇ ਮਨ ਦੇ ਵਿੱਚ ਹੋਰ ਵੀ ਕੋਈ ਸ਼ੱਕ ਸਵਾਲ ਹੈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਆਪਣੇ ਸ਼ੱਕ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਇਹੋ ਜਿਹੀ ਨਵੀਆਂ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ, ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਏ ਬਾਏ, ਜੈ ਹਿੰਦ।